ਬਾਲ ਸੁਧਾਰ ਗ੍ਰਹਿ ਦੇ ਵਿੱਚ ਕੈਦੀ ਨੂੰ ਛੱਡਣ ਜਾ ਰਹੀ ਪੁਲਿਸ ਮੁਲਾਜ਼ਮਾਂ ਦੀ ਇੱਕ ਕਾਰ ਅਚਾਨਕ ਹੀ ਸੜਕ ਤੇ ਪਲਟੀ ਹੋ ਗਈ ਹੈ ਤੇ ਕਾਰ ਦੇ ਪਿੱਛੇ ਆ ਰਹੇ ਇੱਕ ਬਾਈਕ ਸਵਾਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਇਹ ਕਾਰ ਪੁਲ ਤੋਂ ਉੱਤਰ ਰਹੀ ਸੀ ਤਾਂ ਅਚਾਨਕ ਹੀ ਬੇਕਾਬੂ ਹੋ ਜਾਂਦੀ ਹੈ। ਬੇਕਾਬੂ ਹੋਣ ਤੋਂ ਬਾਅਦ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਤੇ ਕਈ ਪਲਟੀਆਂ ਖਾਂਦੀ ਹੋਈ ਸੜਕ ਦੇ ਵਿਚਕਾਰ ਜਾ ਕੇ ਮੁੱਦੀ ਹੋ ਜਾਂਦੀ ਹੈ, ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਅਤੇ ਜੋ ਬਾਲ ਸੁਧਾਰ ਗ੍ਰਹਿ ਦੇ ਵਿੱਚ ਕੈਦੀ ਨੂੰ ਛੱਡਣ ਜਾ ਰਹੇ ਸੀ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਰਾਹਗੀਰਾਂ ਦੀ ਮਦਦ ਦੇ ਨਾਲ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਲੁਧਿਆਣਾ 'ਚ ਬੀਤੀ ਰਾਤ ਦੁਗਰੀ ਨਹਿਰ ਪੁਲ 'ਤੇ ਅੰਮ੍ਰਿਤਸਰ ਪੁਲਿਸ ਦੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਡਿਵਾਈਡਰ ਦੇ ਨਾਲ ਜਾ ਟਕਰਾਈ ਹੈ ਅਤੇ ਕਾਰ ਪਲਟ ਗਈ। ਇਸ ਦੌਰਾਨ ਫਰੰਟ ਅਤੇ ਪਿੱਛੇ ਦਾ ਸ਼ੀਸ਼ਾ ਵੀ ਟੁੱਟ ਗਿਆ। ਕਾਰ ਦੇ ਪਿੱਛੇ ਆ ਰਹੇ ਬਾਈਕ ਸਵਾਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ। ਦੱਸਿਆ ਜਾ ਰਿਹਾ ਕਿ ਇੱਕ ਨਾਬਾਲਗ ਕੈਦੀ ਨੂੰ ਸ਼ਿਮਲਾਪੁਰੀ ਦੇ ਜੁਵੇਨਾਇਲ ਸੁਧਾਰ ਕੇਂਦਰ ਵਿੱਚ ਛੱਡਣ ਲਈ ਅੰਮ੍ਰਿਤਸਰ ਤੋਂ ਲੁਧਿਆਣਾ ਆ ਰਹੀ ਅਲਟੋ ਕਾਰ ਦੁਗਰੀ ਪੁਲ 'ਤੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਦੇ ਵਿੱਚ ਇੱਕ ਨਾਬਾਲਗ ਕੈਦੀ ਸਮੇਤ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ, ਜਿਸ ਨੂੰ ਰਾਹਗੀਰਾਂ ਨੇ ਆਪਣੇ ਨਿੱਜੀ ਵਾਹਨਾਂ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਨਾਬਾਲਗ ਕੈਦੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਥਾਣਾ ਸਦਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਇਆ ਜਿਹੜਾ ਕਿੱਦਾਂ ਹੋਇਆ ਬੇਟਾ, ਕੀ ਨਾਮ ਹੈ ਤੁਹਾਡਾ? ਮੇਰਾ ਰਾਜਾ ਨਾਮ ਹੈ। ਰਾਜਾ, ਇੱਥੇ ਜਿਹੜਾ ਐਕਸੀਡੈਂਟ ਹੋਇਆ ਕਿਵੇਂ ਹੋਇਆ ਅਲਟੋ ਗੱਡੀ ਦਾ? ਅਲਟੋ ਗੱਡੀ ਉੱਧਰੋਂ ਪੁਲ ਤੋਂ ਆ ਰਹੀ ਸੀ, ਦੇਖ ਲਓ ਸਰ, ਡਿਵਾਈਡਰ ਦੇ ਵਿੱਚ ਪਿੱਛੇ ਬਾਈਕ ਵਾਲਾ ਆ ਰਹੀ, ਬਾਈਕ ਵਾਲੇ ਦੀ ਸੱਟ ਲੱਗੀ। ਅੰਦਰ ਜਿਹੜਾ ਬੰਦੇ ਬੈਠੇ ਸੀ ਉਹਨਾਂ ਦੀ ਸੱਟ ਲੱਗੀ? ਮੁਲਾਜ਼ਮ ਬੰਦੇ ਸੀ, ਪੁਲਿਸ ਵਾਲੇ ਸੀਗੇ। ਅੱਛਾ, ਤੇ ਫਿਰ ਉਹਨਾਂ ਨੂੰ ਇੱਥੇ ਦੇ ਲੋਕਾਂ ਨੇ ਹੈਲਪ ਕੀਤੀ? ਹਾਂਜੀ ਹਾਂਜੀ, ਉਹ ਤਾਂ ਘੰਟਾ ਹੋ ਗਿਆ। ਕਿੰਨੇ ਕੁ ਐਕਸੀਡੈਂਟ ਹੋਇਆ ਸੀਗਾ? ਬਾਲ ਸੁਧਾਰ ਗ੍ਰਹਿ ਦੇ ਵਿੱਚ ਕੈਦੀ ਨੂੰ ਛੱਡਣ ਜਾ ਰਹੀ ਪੁਲਿਸ ਮੁਲਾਜ਼ਮਾਂ ਦੀ ਇੱਕ ਕਾਰ ਅਚਾਨਕ ਹੀ ਸੜਕ ਤੇ ਪਲਟੀ ਹੋ ਗਈ ਹੈ ਤੇ ਕਾਰ ਦੇ ਪਿੱਛੇ ਆ ਰਹੇ ਇੱਕ ਬਾਈਕ ਸਵਾਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਇਹ ਕਾਰ ਪੁਲ ਤੋਂ ਉੱਤਰ ਰਹੀ ਸੀ ਤਾਂ ਅਚਾਨਕ ਹੀ ਬੇਕਾਬੂ ਹੋ ਜਾਂਦੀ ਹੈ। ਬੇਕਾਬੂ ਹੋਣ ਤੋਂ ਬਾਅਦ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਤੇ ਕਈ ਪਲਟੀਆਂ ਖਾਂਦੀ ਹੋਈ ਸੜਕ ਦੇ ਵਿਚਕਾਰ ਜਾ ਕੇ ਮੁੱਦੀ ਹੋ ਜਾਂਦੀ ਹੈ, ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਅਤੇ ਜੋ ਬਾਲ ਸੁਧਾਰ ਗ੍ਰਹਿ ਦੇ ਵਿੱਚ ਕੈਦੀ ਨੂੰ ਛੱਡਣ ਜਾ ਰਹੇ ਸੀ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਰਾਹਗੀਰਾਂ ਦੀ ਮਦਦ ਦੇ ਨਾਲ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਲੁਧਿਆਣਾ 'ਚ ਬੀਤੀ ਰਾਤ ਦੁਗਰੀ ਨਹਿਰ ਪੁਲ 'ਤੇ ਅੰਮ੍ਰਿਤਸਰ ਪੁਲਿਸ ਦੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਡਿਵਾਈਡਰ ਦੇ ਨਾਲ ਜਾ ਟਕਰਾਈ ਹੈ ਅਤੇ ਕਾਰ ਪਲਟ ਗਈ। ਇਸ ਦੌਰਾਨ ਫਰੰਟ ਅਤੇ ਪਿੱਛੇ ਦਾ ਸ਼ੀਸ਼ਾ ਵੀ ਟੁੱਟ ਗਿਆ। ਕਾਰ ਦੇ ਪਿੱਛੇ ਆ ਰਹੇ ਬਾਈਕ ਸਵਾਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ। ਦੱਸਿਆ ਜਾ ਰਿਹਾ ਕਿ ਇੱਕ ਨਾਬਾਲਗ ਕੈਦੀ ਨੂੰ ਸ਼ਿਮਲਾਪੁਰੀ ਦੇ ਜੁਵੇਨਾਇਲ ਸੁਧਾਰ ਕੇਂਦਰ ਵਿੱਚ ਛੱਡਣ ਲਈ ਅੰਮ੍ਰਿਤਸਰ ਤੋਂ ਲੁਧਿਆਣਾ ਆ ਰਹੀ ਅਲਟੋ ਕਾਰ ਦੁਗਰੀ ਪੁਲ 'ਤੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਦੇ ਵਿੱਚ ਇੱਕ ਨਾਬਾਲਗ ਕੈਦੀ ਸਮੇਤ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ, ਜਿਸ ਨੂੰ ਰਾਹਗੀਰਾਂ ਨੇ ਆਪਣੇ ਨਿੱਜੀ ਵਾਹਨਾਂ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਨਾਬਾਲਗ ਕੈਦੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਥਾਣਾ ਸਦਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਇਆ ਜਿਹੜਾ ਕਿੱਦਾਂ ਹੋਇਆ ਬੇਟਾ, ਕੀ ਨਾਮ ਹੈ ਤੁਹਾਡਾ? ਮੇਰਾ ਰਾਜਾ ਨਾਮ ਹੈ। ਰਾਜਾ, ਇੱਥੇ ਜਿਹੜਾ ਐਕਸੀਡੈਂਟ ਹੋਇਆ ਕਿਵੇਂ ਹੋਇਆ ਅਲਟੋ ਗੱਡੀ ਦਾ? ਅਲਟੋ ਗੱਡੀ ਉੱਧਰੋਂ ਪੁਲ ਤੋਂ ਆ ਰਹੀ ਸੀ, ਦੇਖ ਲਓ ਸਰ, ਡਿਵਾਈਡਰ ਦੇ ਵਿੱਚ ਪਿੱਛੇ ਬਾਈਕ ਵਾਲਾ ਆ ਰਹੀ, ਬਾਈਕ ਵਾਲੇ ਦੀ ਸੱਟ ਲੱਗੀ। ਤੇ ਅੰਦਰ ਜਿਹੜਾ ਬੰਦੇ ਬੈਠੇ ਸੀ ਉਹਨਾਂ ਦੀ ਸੱਟ ਲੱਗੀ? ਮੁਲਾਜ਼ਮ ਬੰਦੇ ਸੀ, ਪੁਲਿਸ ਵਾਲੇ ਸੀਗੇ। ਅੱਛਾ, ਤੇ ਫਿਰ ਉਹਨਾਂ ਨੂੰ ਇੱਥੇ ਦੇ ਲੋਕਾਂ ਨੇ ਹੈਲਪ ਕੀਤੀ? ਹਾਂਜੀ ਹਾਂਜੀ, ਉਹ ਤਾਂ ਘੰਟਾ ਹੋ ਗਿਆ। ਕਿੰਨੇ ਕੁ ਐਕਸੀਡੈਂਟ ਹੋਇਆ ਸੀਗਾ? ਸਾਢੇ 8 ਵਜੇ ਠੀਕ ਹੈ।